ਚਲੋ ਜੀ ਆ ਰੋਡ ਜੀ ਜ਼ੇਰੇ ਖਮੀਰ ਪੋਰਟ ਰਾਤਾ ਰਸੂਲ ਨਗਰ ਬੜੇ ਅਰਸੇ ਤੋਂ ਜਨਾਬ ਇਹ ਰੋਡ ਖਟਾਈ ਦਾ ਸ਼ਿਕਾਰ ਸੀ ਜੀ ਨਹੀਂ ਸੀ ਬਣ ਰਿਹਾ ਔਰ ਪੈਦਲ ਚੱਲਣਾ ਵੀ ਦੁਸ਼ਵਾਰ ਸੀ ਲੇਕਿਨ ਹੁਣ ਜਿਹੜਾ ਕੰਮ ਸ਼ੁਰੂ ਹੋਇਆ ਪੱਥਰ ਸ਼ੱਤਰ ਪੈ ਗਿਆ ਜੀ ਨਜ਼ਰ ਆ ਰਿਹਾ ਬੜੀ ਡਬਲ ਰੋਡ ਬਣ ਰਹੀ ਹੈ ਵਜ਼ੀਰਾਬਾਦ ਰਸੂਲ ਨਗਰ ਤੋਂ ਵਜ਼ੀਰਾਬਾਦ ਪਹਿਲੀ ਬਣੀ ਹੈ ਅਤੇ ਇਹ ਜਿਹੜਾ ਰੋਡ ਸੀ ਦਰਮਿਆਨ ਵਾਲਾ ਟੋਟਾ ਕੋਟਾਰਾ ਦਾ ਰਸੂਲ ਨਗਰ ਹੀ ਰਹਿ ਗਿਆ ਸੀ ਇਹਦਾ ਕੰਮ ਬੜੀ ਤੇਜ਼ੀ ਨਾਲ ਜਾਰੀ ਹੈ ਜੀ ਬੜੀ ਮਿਹਰਬਾਨੀ ਜੀ ਅਕਾਮੇ ਬਾਲਾ ਜਨਾਬ ਅਹਿਮਦ ਚੱਠਾ ਸਾਹਿਬ ਦੀਆਂ ਕਾਵਿਸ਼ਾਂ ਨਾਲ ਜਨਾਬ ਇਹ ਰੋਡ ਤਕਰੀਬਨ 2-3 ਮਾਹ ਤੱਕ ਮੁਕੰਮਲ ਹੋ ਜਾਏਗਾ ਜਿਸ ਤਰ੍ਹਾਂ ਇਹ ਕੰਮ ਸ਼ੁਰੂ ਹੋਇਆ ਬੜੀ ਸਪੀਡ ਦਾ ਕੰਮ ਜਾਰੀ ਹੈ ਸੁਬਹਾ ਸੁਬਹਾ ਦਾ ਟਾਈਮ ਹੈ ਜਨਾਬ ਸੂਰਜ ਨਿਕਲ ਰਿਹਾ ਅਤੇ ਸਾਡਾ ਐਡਵੈਂਚਰ ਸ਼ੁਰੂ ਹੈ ਜੀ ਅਸੀਂ ਆਪਣੇ ਪਿੰਡ ਤੋਂ ਜਨਾਬ ਅਲੀਪੁਰ ਚੱਠੇ ਜਾ ਰਹੇ ਹਾਂ ਅਤੇ ਜਾ ਰਹੇ ਹਾਂ ਪਿਛਲੇ ਰਾਹ ਜਿਹਨੂੰ ਰੋਜ਼ ਕਹਿੰਦੇ ਨੇ ਕਲਰ ਕਹਿੰਦੇ ਨੇ ਉਸ ਰਾਹ 'ਚੋਂ ਵੀਡੀਓ ਸਾਡੀ ਪਸੰਦ ਆਵੇ ਤਾਂ ਜ਼ਰੂਰ ਕਮੈਂਟ ਦਿਓ ਜੀ ਲਓ ਜੀ ਲਓ ਜੀ ਸਫ਼ਰ ਸ਼ੁਰੂ ਕਰਦੇ ਹਾਂ ਜੀ ਇਹ ਜੀ ਮੇਰਾ ਪਿੰਡ ਹੈ ਜੀ ਮਹਾਰਾਜਪੁਰ ਚੱਠਾ ਸ਼ੈੱਡ ਹੈ ਜੀ ਬੜਾ ਵੱਡਾ ਜੀ ਬੜਾ ਮਤਲਬ ਕਿ ਇਹਦੀ ਮਸ਼ੀਨਰੀ ਜਿਹੜੀ ਹੈ ਉਹ ਬਾਹਰੋਂ ਇੰਪੋਰਟ ਕੀਤੀ ਗਈ ਹੈ ਔਰ ਬਹੁਤ ਹੀ ਕਮਾਲ ਦਾ ਔਰ ਬੜਾ ਵੱਡਾ ਸ਼ੈੱਡ ਹੈ ਜੀ ਸ਼ਹਿਜ਼ਾਦ ਹੈਦਰ ਚੱਠਾ ਸਾਹਿਬ ਜਨਾਬ ਬਦਰ ਹੁਸੈਨ ਚੱਠਾ ਸਾਹਿਬ ਇਮਰਾਨ ਹੈਦਰ ਚੱਠਾ ਸਾਹਿਬ ਜੀ ਅਤੇ ਉਹਨਾਂ ਦਾ ਸ਼ੈੱਡ ਹੈ ਜੀ ਮਹਾਰਾਜ ਕੇ ਚੱਠਾ ਅਤੇ ਬੜੀ ਕਮਾਲ ਦਾ ਸ਼ੈੱਡ ਹੈ ਜੀ ਬੜਾ ਬਿਹਤਰੀਨ ਸਿਸਟਮ ਇਹਨਾਂ ਨੇ ਮੁਤਾਰਫ ਕਰਾਇਆ ਜੀ ਕਿਸੇ ਟਾਈਮ ਇਹਦੀ ਇਨਸ਼ਾਅੱਲਾ ਕਿਸੇ ਟਾਈਮ ਪ੍ਰੋਪਰ ਵੀਡੀਓ ਜਨਾਬ ਇਹਨਾਂ ਦੀ ਤੁਹਾਨੂੰ ਦਿਖਾਵਾਂਗੇ ਪਾਕਿਸਤਾਨ ਵਿੱਚ ਫਿਸ਼ ਫਾਰਮਿੰਗ ਜਿਹੜੀ ਹੈ ਨਾ ਇਹ ਅਲੀਪੁਰ ਚੱਠਾ 'ਚ ਸਭ ਤੋਂ ਜ਼ਿਆਦਾ ਜੀ ਸਾਡੇ ਪਿੰਡ ਦੇ ਆਸ ਪਾਸ ਤਕਰੀਬਨ ਟੋਟਲ ਆਲ ਟੂ ਆਲ ਜਿਹੜੀ ਹੈ ਨਾ ਇਹ ਫਿਸ਼ ਫਾਰਮਿੰਗ ਹੈ ਲਾਕ ਹੋ ਗਿਆ ਲਓ ਜੀ ਦੇਖੋ ਜੀ ਕਮਾਲ ਦਾ ਸਿਸਟਮ ਜੀ ਕਿਉਂ ਵੱਲ ਚੱਲ ਰਿਹਾ ਕਿਆ ਮਜ਼ੇ ਨੇ ਜੀ ਪਿੰਡ